ਸਾਡੇ ਜਿਹੜਾ ਰੀਸੈਂਟਲੀ ਸਾਡੀ ਟੀਮ ਨੇ ਤੁਸ਼ਾਰ ਜੀ ਇਹਨਾਂ ਦੀ ਸੁਪਰਵੀਜ਼ਨ 'ਚ ਏਸੀਪੀ ਗੁਰਦੇਵ ਜੀ ਅਤੇ ਨਾਲ SHO ਮਿਹਰਮਾਨ ਇਹਨਾਂ ਨੇ ਬੜਾ ਵਧੀਆ ਕੀਤਾ। ਇਹਦੇ ਵਿੱਚ ਹੁਣ ਜਿਹੜਾ 6 ਵਾਰਦਾਤਾਂ ਤਾਂ ਇਮੀਡੀਏਟਲੀ ਜਿਹੜੀਆਂ ਟਰੇਸ ਹੋਈਆਂ ਜਿਹੜੀਆਂ ਮਿਹਰਮਾਨ ਥਾਣੇ ਦੇ ਵਿੱਚ ਇਹਨਾਂ ਨੇ ਕੀਤੀਆਂ ਸੀਗੀਆਂ ਅਤੇ 7ਵੀਂ ਜਿਹੜੀ ਵਾਰਦਾਤ 'ਚ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਅਤੇ ਪਲੱਸ ਨਾਲ ਉਹਨਾਂ ਤੋਂ ਜਿਹੜਾ ਸਮਾਨ ਚੋਰੀ ਕੀਤਾ ਹੋਇਆ ਉਹ ਸਾਰਾ ਰਿਕਵਰ ਕੀਤਾ। ਇਹ ਜਿਹੜੇ ਦੋਸ਼ੀ ਹੈ ਇਹ ਸਾਰੇ ਲੁਧਿਆਣੇ ਰਹਿੰਦੇ ਹਨ, ਪਰ ਇਹਨਾਂ ਨੇ ਜਿਹੜੀ ਵਾਰਦਾਤਾਂ ਕੀਤੀਆਂ ਜਿਵੇਂ ਵਾਰਦਾਤ 'ਚ ਕਾਰ ਵਰਤਦੇ ਸੀ ਉਹ ਕਾਰ ਇਹਨਾਂ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਹੋਈ ਹੈ ਔਰ ਸਾਰੀਆਂ ਵਾਰਦਾਤਾਂ 'ਚ ਉਹ ਕਾਰ ਦੀ ਵਰਤੋਂ ਕੀਤੀ ਹੈ। ਸਰ ਹੁਣ ਤੱਕ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਨੇ? ਹੁਣ ਤੱਕ ਜਿਹੜੇ 20 ਮੁਕੱਦਮੇ ਤਾਂ ਇਹਦੇ ਜਿਹੜਾ ਮੇਨ ਇਹਨਾਂ ਦਾ ਕਿੰਗ ਪਿੰਨ ਹੈ ਹੈਦਰ ਅਲੀ ਇਹਦੇ ਖਿਲਾਫ਼ ਪਹਿਲੋਂ 20 ਮੁਕੱਦਮੇ ਰਜਿਸਟਰਡ ਹੈ, 6 ਮੁਕੱਦਮੇ ਹੁਣ ਅਸੀਂ ਜਿਹੜੇ ਆ ਟਰੇਸ ਕੀਤੇ ਹਾਂ, 7ਵੇਂ 'ਚ ਰਸਪ 27 ਮੁਕੱਦਮੇ ਤਾਂ ਇਹਦੇ ਇਹੀ ਹੋ ਗਏ, ਮਤਲਬ ਇਸ ਲਈ ਇਸ ਦੇ ਘੱਟੋ ਘੱਟ 25 ਤੋਂ 30 ਮੁਕੱਦਮੇ ਦੇ ਖਿਲਾਫ਼ ਹੈ। ਹੁਣ ਅਸੀਂ ਮਾਨਯੋਗ ਕੋਰਟ ਤੋਂ ਰਿਮਾਂਡ ਹਾਸਲ ਕਰਕੇ ਫਿਰ ਇਹਦਾ ਪ੍ਰੀਵੀਅਸ ਹੋਰ ਦੇਖਾਂਗੇ ਵੀ ਹੋਰ ਕੋਈ ਵਾਰਦਾਤਾਂ ਤਾਂ ਨਹੀਂ ਇਹਨਾਂ ਨੇ ਕੀਤੀਆਂ ਜਾਂ ਕਿਸੇ ਆਊਟ ਆਫ ਡਿਸਟ੍ਰਿਕਟ ਕਿਸੇ ਹੋਰ ਇਨਵੋਲਵਮੈਂਟ ਹੋਵੇ ਵਾਰਦਾਤਾਂ। ਇਹ ਹੈਦਰ ਅਲੀ ਅਤੇ ਜਿਹੜਾ ਸੁਨੀਲ ਹੈ ਇਹ ਦੋਨੋਂ ਕਿੰਗ ਪਿੰਨ ਨਹੀਂ। ਇਹਨਾਂ ਨੇ ਕਿੱਦਾਂ ਕ੍ਰੀਏਟ ਕੀਤਾ ਗਰੁੱਪ, ਕਿੱਦਾਂ ਬਣਾਇਆ ਅਤੇ ਕਿੱਦਾਂ ਵਾਰਦਾਤਾਂ ਕਰਨਗੇ? ਦੇਖੋ ਸਾਰਿਆਂ ਦੇ ਜਿਹੜੇ ਕੇਸ ਰਜਿਸਟਰਡ ਹੈ ਸਾਰਿਆਂ ਨੇ ਜੇਲ੍ਹ ਕੱਟੀ ਹੋਈ ਹੈ, ਜ਼ਮਾਨਤ 'ਤੇ ਆਏ ਹੋਏ ਹੈ, ਜੇਲ੍ਹ ਤੋਂ ਇਹਨਾਂ ਦਾ ਆਪਸ 'ਚ ਕਨੈਕਸ਼ਨ ਹੈ ਅਤੇ ਆਪਸ 'ਚ ਕੁਨੈਕਟਡ ਹੈਗੇ ਆ। ਵਾਰਦਾਤਾਂ ਦਾ ਜਿਹੜੀ ਮੋਡਸ ਪਰੈਂਡੀ ਆ ਉਹ ਸੇਮ ਹੈ, ਸੇਮ ਤਰ੍ਹਾਂ ਦੀਆਂ ਚੋਰੀ ਦੀਆਂ ਅਤੇ ਜਿਹੜੀਆਂ ਪਾਰਟ ਚੋਰੀ ਦੀਆਂ ਜਿਹੜੀਆਂ ਵਾਰਦਾਤ ਕਰਦੇ। ਦੇਖੋ ਜਿਹੜੀ ਮੈਂ ਤੁਹਾਨੂੰ ਆਹ ਦੱਸਿਆ ਵੀ ਇਹਨੇ 6 ਤਾਂ ਸਾਡੀਆਂ ਜਿਹੜੀਆਂ ਵਾਰਦਾਤਾਂ ਹੁਣ ਟਰੇਸ ਹੋਈਆਂ ਮਿਹਰਮਾਨ ਥਾਣ ਦੀ, ਜਿਹੜੀ ਇਹ ਗੱਡੀ ਹੈ ਇਹ ਵੀ ਇਹਨਾਂ ਨੇ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਹੈ ਅਤੇ ਵਾਰਦਾਤ ਵਰਦੇ ਅਤੇ ਬਟ ਓਬੀਅਸਲੀ ਇਹ ਇੱਥੋਂ ਤੋਂ ਇਲਾਵਾ ਬਾਹਰੋਂ ਵੀ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਕਰਦੇ। ਸਰ ਕੀ ਬਰਾਮਦ ਕੀਤਾ ਗਿਆ? ਇਹਨਾਂ ਦੇ ਕੋਲੋਂ ਬ੍ਰਦਰ ਜਿਹੜਾ ਇਹਨਾਂ ਨੇ ਰੀਸੈਂਟਲੀ ਹੁਣ ਇੱਕ ਕੱਪੜੇ ਦੀ ਉੱਥੋਂ ਜਿੱਥੇ ਫੈਕਟਰੀ 'ਚ ਚੋਰੀ ਕੀਤੀ ਸੀ ਉੱਥੇ ਇਹਨਾਂ ਨੇ ਉਹਨਾਂ ਦੇ 5 ਜਿਹੜੇ ਵਰਕਰ ਸੀ ਉਹਨਾਂ ਨੂੰ ਰਾਤ ਨੂੰ ਅੰਦਰ ਐਂਟਰ ਕਰਕੇ ਉੱਥੇ DVR ਸਾਰਾ ਇਹਨਾਂ ਨੇ ਪੱਟ ਕੇ ਅਤੇ ਉਹ ਬੰਦਿਆਂ ਨੂੰ ਬੰਧਕ ਬਣਾ ਲਿਆ ਸੀ, ਉਹਨਾਂ ਨੂੰ ਬੰਨ ਕੇ ਫਿਰ ਉੱਥੇ ਜਿਹੜਾ ਕੱਪੜੇ ਦੀ ਅਤੇ ਹੋਰ ਸਾਰਾ ਸਮਾਨ DVR ਹੋਰ ਉਹਨਾਂ ਸਮਾਨ ਜਿਹੜਾ ਚੋਰੀ ਕੀਤਾ ਸੀ ਉਸ ਮੁਕੱਦਮੇ ਦੇ ਅਸੀਂ ਲੱਗੇ ਹੋਏ ਸੀ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ। ਸਰ ਇਹਨਾਂ ਨੇ ਉਹ ਫੈਕਟਰੀ ਨੂੰ ਕਿਉਂ ਟਾਰਗੇਟ ਕੀਤਾ ਬੇਸਿਕਲੀ? ਇਹਨਾਂ ਦੀਆਂ ਇੰਨੀਆਂ ਵਾਰਦਾਤਾਂ ਹਰ ਕਿਸੇ ਨੂੰ ਟਾਰਗੇਟ ਕਰਦੇ ਆ ਜਿੱਥੇ ਇਹਨਾਂ ਨੂੰ ਚੰਗਾ ਲੱਗਦਾ ਇੱਕ ਅੱਛਾ। ਉੱਥੇ 4-5 ਬੰਦੇ ਜਿਹੜੇ ਇੰਪਲੋਈਜ਼ ਅੰਦਰ ਮੌਜੂਦ ਸੀ ਫੈਕਟਰੀ ਦੇ, ਇਹ ਪਿੱਛੋਂ ਮਤਲਬ ਦੂਸਰੀ ਫੈਕਟਰੀ ਤੋਂ ਅੰਦਰ ਇਹਨਾਂ ਨੇ ਉਸ ਫੈਕਟਰੀ ਦੀ ਰੈਕੀ ਕੀਤੀ ਸੀ ਕਿਉਂਕਿ ਇਹਨਾਂ ਨੇ ਜਿਹੜੀ ਬਾਕੀ ਵਾਰਦਾਤਾਂ ਉਹ ਮਿਹਰਮਾਨ ਥਾਣੇ ਦੇ ਏਰੀਏ 'ਚ ਕੀਤੀਆਂ। ਇਹਨਾਂ ਨੇ ਉੱਥੇ ਦੇਖ ਲਿਆ ਵੀ ਐਂ ਕਰਕੇ ਆਹ ਵਰਕਰ ਹੈ ਅਤੇ ਇੱਥੇ ਰਾਤ ਨੂੰ ਜੇ ਇਹਨਾਂ ਨੂੰ ਬੰਧਕ ਬਣਾਵਾਂਗੇ ਤਾਂ ਸਾਨੂੰ ਅੱਛਾ ਖਾਸਾ ਸਮਾਨ ਮਿਲ ਜੂਗਾ। ਇਹਨਾਂ ਨੇ ਉੱਥੋਂ ਕੱਪੜੇ ਦੇ ਕਾਫੀ ਜਿਹੜੇ ਐਕਸਪੈਂਸਿਵ ਬੰਡਲ ਅਤੇ ਹੋਰ ਸਾਰੇ ਚੋਰੀ ਕਰਕੇ ਗੱਡੀ 'ਚ ਲੈ ਗਏ। ਹੁਣ ਤੱਕ ਸਰ ਕੁਝ ਸਾਹਮਣੇ ਆਇਆ ਵੀ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਨੇ? ਦੇਖੋ ਮੈਂ ਤੁਹਾਨੂੰ ਹੁਣ ਤੱਕ ਜਿਹੜੀਆਂ ਦੱਸੀਆਂ ਹੁਣ ਤੱਕ ਜਿਹੜੀਆਂ ਇਹਨਾਂ ਦੀਆਂ ਸਾਡੇ ਮੁਤਾਬਿਕ 20 ਤਾਂ ਇਹਨਾਂ ਦੀਆਂ ਪਿਛਲੀਆਂ 7 ਸਾਡੀਆਂ ਜਿਹੜੀਆਂ ਵਾਰਦਾਤਾਂ ਦਾ 27-28 ਵਾਰਦਾਤਾਂ ਜਿਹੜੀਆਂ ਹੈਗੀਆਂ ਬਾਕੀ ਅਸੀਂ ਡਿਊਰਿੰਗ ਰਿਮਾਂਡ ਦੇਖਾਂਗੇ ਹੋਰ ਕਿੰਨੀਆਂ ਇਹਨਾਂ ਨੇ ਵਾਰਦਾਤਾਂ। ਸਰ ਜਿਹੜੀ ਰਾਮਾ ਮੰਡੀ ਤੋਂ ਗੱਡੀ ਤੁਸੀਂ ਕਹਿੰਦੇ ਇਹਨਾਂ ਵੱਲੋਂ ਕੀਤੀ ਗਈ ਸੀ ਚੋਰੀ ਤੇ ਉਹ ਕਿਹਦੇ ਨਾਮ ਤੇ ਹੈ ਸਰ? ਉਹਦੀ ਓਨਰਸ਼ਿਪ ਅਸੀਂ ਚੈੱਕ ਕਰ ਲਾਂਗੇ ਬਟ ਅਸੀਂ ਇਹ ਕਨਫਰਮ ਕਰ ਲਿਆ ਵੀ ਰਾਮਾ ਮੰਡੀ ਤੋਂ ਉਸ ਗੱਡੀ ਦਾ ਪਰਚਾ ਦਰਜ ਹੋਇਆ ਤੇ ਚੋਰੀ ਦੀ ਹੈ ਉੱਥੇ ਚੋਰੀ ਹੋਈ। ਇਹਦੇ ਤੋਂ ਇਲਾਵਾ ਹੋਰ ਵੀ ਹੈ ਜਾਂ ਇਹੀ ਨੇ ਕਰ ਲਿਆ? ਫਿਲਹਾਲ ਇਸ ਗੈਂਗ ਦੇ ਜਿਹੜੇ 6 ਦੇ 6 ਬੰਦੇ ਗ੍ਰਿਫਤਾਰ ਕਰ ਲਏ ਆ, ਪਰ ਫਿਰ ਵੀ ਅਸੀਂ ਰਿਮਾਂਡ ਦੌਰਾਨ ਦੇਖਾਂਗੇ ਕਿਸੇ ਹੋਰ ਵਾਰਦਾਤ 'ਚ ਕੋਈ ਹੋਰ ਕਿਸੇ ਬੰਦੇ ਦੀ ਸ਼ਮੂਲੀਅਤ ਤਾਂ ਨਹੀਂ, ਜੇ ਹੋਈ ਤਾਂ ਉਹਨੂੰ ਵੀ ਗ੍ਰਿਫਤਾਰ ਕਰ। ਸਰ ਕਿੰਨੇਵੇਂ ਵਾਰਦਾਤ ਨੂੰ ਜਾਣ ਦਿੱਤਾ ਗਿਆ ਇਹਨਾਂ ਵੱਲੋਂ? ਦੇਖੋ ਇਹਨਾਂ ਨੇ ਤਕਰੀਬਨ ਇਹ ਜਿਹੜੀ ਵਾਰਦਾਤ ਹੈ ਸਵੇਰੇ 4:30 ਵਜੇ ਦੇ ਲਗਭਗ ਜਿਹੜੀ ਕਰਕੇ ਗਏ ਹੈ, ਤਾਂ ਇਸ ਲਈ ਇਹਨਾਂ ਦਾ ਮਤਲਬ ਜਿਹਨੂੰ ਦਰਮਿਆਨੀ ਰਾਤ ਨੇਰ ਕਹਿੰਦੇ ਆ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ। ਸਰ ਕਿੰਨੇ ਵੇ ਫੜੇ ਗਏ ਤੁਹਾਡੇ ਕੋਲੋਂ? ਕੀ ਜੀ? ਤੁਹਾਡੀ ਟੀਮ ਵੱਲੋਂ ਕਿੰਨੇ ਵੇ ਫੜੇ ਗਏ ਸੀ? ਨਹੀਂ ਇਹ ਤਾਂ ਗ੍ਰਿਫਤਾਰ ਜਿਹੜੇ ਆ ਅਸੀਂ ਆਪਣੀ ਇਨਫੋਰਮੇਸ਼ਨ ਤੇ ਕੀਤੇ ਆ ਤਾਂ ਇਹ 24 ਤਰੀਕ ਨੂੰ ਗ੍ਰਿਫਤਾਰ ਕੀਤੇ ਆ ਤੇ 15 ਤਰੀਕ ਨੂੰ ਜਿਹੜਾ ਇਹ ਮੁਕੱਦਮਾ ਹੈ ਇਹ 12 ਤਰੀਕ ਨੂੰ 15 ਤਰੀਕ ਨੂੰ ਦਰਜ ਹੋਇਆ ਤੇ ਸਾਡੀ ਟੀਮ ਨੇ 24 ਤਰੀਕ ਨੂੰ ਇਹਨਾਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ। ਤੇ ਹੁਣ ਪ੍ਰੈਜ਼ੈਂਟ ਰਿਮਾਂਡ ਦੇ ਨੇ ਸਰ ਇਹ? ਹਜੇ ਹੁਣ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਤੇ ਅਸੀਂ ਫਰਦਰ ਅੱਗੇ ਇਨਵੈਸਟੀਗੇਸ਼ਨ